ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਜਰਮਨੀ ਦੇ ਵਿਦੇਸ਼ ਮੰਤਰੀ ਨੇ ਅਗਲੇ ਦਿਨ ਪਾਰਲੀਮੈਂਟ ਵਿੱਚ ਮਹੱਤਵਪੂਰਨ ਭਾਸ਼ਣ ਦੇਣਾ ਸੀ। ਅਜਿਹੇ ਭਾਸ਼ਣਾਂ ਵਿੱਚ ਧਿਆਨ ਰੱਖਣਾ ਹੁੰਦਾ ਹੈ ਕਿ ਕਿਸੇ ਗੱਲ ਦੇ ਗਲਤ ਅਰਥ ਨਾ ਕੱਢੇ ਜਾ ਸਕਣ। ਭਾਸ਼ਣ ਦੀ ਤਿਆਰੀ ਦੌਰਾਨ ਵਿਦੇਸ਼ ਮੰਤਰੀ ਦਾ ਦੋਸਤ ਆਇਆ। ਵਿਦੇਸ਼ ਮੰਤਰੀ ਨੂੰ ਡੂੰਘੀ ਸੋਚ ਵਿੱਚ ਵੇਖ ਕੇ ਉਸਨੇ ਕਿਹਾ, ਸੋਚ ਰਹੇ ਹੋ ਕਿ ਕੱਲ੍ਹ ਕੀ ਕਹਿਣਾ ਹੈ? ਵਿਦੇਸ਼ ਮੰਤਰੀ ਨੇ ਕਿਹਾ, ਨਹੀਂ, ਸੋਚ ਰਿਹਾ ਹਾਂ ਕਿ ਕੱਲ੍ਹ ਮੈਂ ਕੀ ਕਿਸੇ ਵੀ ਹਾਲਤ ਵਿੱਚ ਨਹੀਂ ਕਹਿਣਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।